ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੇ ਫੇਸਬੁਕ ਪੇਜ ਤੋਂ ਲਾਈਵ ਹੋ ਕੇ ਸੂਬੇ ਦੇ ਕਈ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਉਹਨਾਂ ਦੱਸਿਆ ਕਿ 19 ਅਕਤੂਬਰ ਨੂੰ ਕਿਸਾਨੀ ਮੁੱਦਿਆਂ ਸੰਬੰਧੀ ਇੱਕ ਦਿਨਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਖੱਤਰਾ ਪ੍ਰਗਟਾਇਆ ਹੈ ਕਿ ਥਰਮਲ ਪਲਾਂਟ ਵਿੱਚ ਜਲਦੀ ਹੀ ਕੋਲਾ ਖਤਮ ਹੋਣ ਵਾਲਾ ਹੈ ਤੁਹਾਨੂੰ ਪਤਾ ਹੈ ਕਿ ਕੱਲ ਸਾਡੀ ਕੈਬਨਿਟ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਇੱਕ ਤਾਂ ਮੁੱਦਾ ਜੋ ਪਾਸ ਕੀਤਾ ਸੀ ਕਿ 19 ਤਰੀਕ ਨੂੰ ਵਿਧਾਨ ਸਭਾ ਦਾ ਅਸੀਂ ਇੱਕ ਸੈਸ਼ਨ ਬੁਲਾ ਰਹੇ ਹਾਂ ਤਾਂ ਕਿ ਜਿਹੜਾ ਕਿਸਾਨੀ ਦਾ ਮਸਲਾ ਪੰਜਾਬ ਦੇ ਸਾਹਮਣੇ ਔਰ ਸਾਰੀ ਕਿਸਾਨੀ ਦੇ ਸਾਹਮਣੇ ਆਇਆ ਹੈ ਉਹਦੇ ਉੱਪਰ ਬਹਿਸ ਕਰਕੇ ਕੋਈ ਫੈਸਲਾ ਅਸੀਂ ਉੱਥੇ ਕਰੀਏ ਅਫਸੋਸ ਹੈ ਮੈਨੂੰ ਕਿ ਕੱਲ ਜੋ ਕਿਸਾਨ ਸਾਡੇ ਗਏ ਸੀ ਪੰਜਾਬ ਉੱਥੇ ਉਹਨਾਂ ਦੇ ਵਜ਼ੀਰਾਂ ਨੂੰ ਮਿਲਣ ਲਈ ਕੋਈ ਵਜ਼ੀਰ ਉਹਨਾਂ ਨੂੰ ਮਿਲਿਆ ਨਹੀਂ ਔਰ ਉਹ ਬੜੇ ਰੁਸ ਕੇ ਮੈਂ ਕਹਾਂ ਵਾਪਸ ਆਏ ਨੇ वैसे जब वो ਤੁਸੀਂ ਕਿਸੇ ਨੂੰ ਸੱਦਦੇ ਹੋ ਉਹ ਤੁਹਾਡੇ ਮਹਿਮਾਨ ਨੇ ਔਰ ਉਹਨਾਂ ਦੀ ਡਿਊਟੀ ਬਣਦੀ ਸੀ ਕਿ ਤੁਹਾਨੂੰ ਮਿਲਣ ਔਰ ਤੁਹਾਡੀ ਗੱਲਾਂ ਸਮਝਣ ਔਰ ਫਿਰ ਉਹਨਾਂ ਦਾ ਕੋਈ ਫੈਸਲਾ ਕਰਨ ਫਿਰ ਵੀ ਅਸੀਂ ਆਪਣੀ ਤੌਰ ਤੇ ਸਾਡੇ ਅੱਜ ਤਿੰਨ ਵਜ਼ੀਰ ਅਸੀਂ ਕਿਸਾਨਾਂ ਕੋਲ ਭੇਜੇ ਨੇ ਤਾਂ ਕਿ ਉਹਨਾਂ ਦੇ ਨਾਲ ਬਹਿ ਕੇ ਇਹ ਗੱਲਬਾਤ ਅੱਗੇ ਚਲਾਉਣ ਕਿ ਕਿਸ ਤਰੀਕੇ ਨਾਲ ਅਸੀਂ ਇਹਦਾ ਕੋਈ ਹੱਲ ਕੱਢ ਸਕੀਏ ਇਹ ਤਾਂ ਦੋ ਇਹ ਗੱਲਾਂ ਸਿਆ ਮੁੱਦਾ ਜੋ ਅੱਜ ਅਖਬਾਰਾਂ ਦੇ ਵਿੱਚ ਬਹੁਤ ਕੁਝ ਦਿਨਾਂ ਤੋਂ ਆ ਰਿਹਾ ਹੈ ਔਰ ਕਈ ਕਿਸਾਨ ਅੱਜ ਜਥੇਬੰਦੀਆਂ ਸੜਕਾਂ ਤੇ ਬੈਠੀਆਂ ਨੇ ਰੇਲਵੇ ਲਾਈਨਾਂ ਤੇ ਬੈਠੀਆਂ ਨੇ ਵਗੈਰਾ ਅਸੀਂ ਚਾਹੁੰਦੇ ਹਾਂ ਕਿ ਇਹਦਾ ਹੱਲ ਜਲਦੀ ਨਿਕਲੇ ਕਿਉਂਕਿ ਨਹੀਂ ਤਾਂ ਪੰਜਾਬ ਦਾ ਹੀ ਨੁਕਸਾਨ ਹੋਊ। ਉਹ ਪਹਿਲੀ ਗੱਲ ਤਾਂ ਇਹ ਹੈ ਅਗਰ ਆਪਾਂ ਟ੍ਰੇਨਾਂ ਤੇ ਬੈਠਾਂਗੇ ਕੋਲਾ ਨਹੀਂ ਆਊਗਾ। ਕੋਲਾ ਨਹੀਂ ਆਊਗਾ ਤਾਂ ਸਾਡੇ ਜਿਹੜੇ ਬਿਜਲੀ ਬੰਦ ਹੋ ਜਾਣੀ ਹੈ। ਇਹ ਪਤਾ ਨਹੀਂ ਕੌਣ ਐਥੋਂ ਕੋਈ ਗਲਤ ਗੱਲਾਂ ਕਰਦਾ ਹੈ। ਅਸਲੀਅਤ ਇਹ ਹੈ ਕਿ ਸਾਡੀ ਲਹਿਰ ਮੁਹੱਬਤ ਤੋਂ तकरीबन ਬੰਦ ਹੋਣ ਤੇ ਆ ਗਈ ਸਾਡੀ ਜਿਹੜੀ ਉਥੇ ਜੀਵੀਕੇ ਦੀ ਸੀਗੀ ਆਪਣੇ ਤਰਨ ਤਾਰਨ ਦੇ ਕੋਲ ਉਥੇ ਉਹ ਬੰਦ ਹੋ ਗਈ ਹੈ ਯੂਨਿਟ ਦੋ ਸਾਡੇ ਯੂਨਿਟ ਰਹਿ ਗਏ ਨੇ ਕਿਸੇ ਦੇ ਕੋਲ ਇੱਕ ਦਿਨ ਦਾ ਕੋਲ ਹੈ ਇੱਕ ਦਿਨ ਚਾਰ ਦਿਨ ਦਾ ਕੋਲ ਹੈ ਉਹ ਵੀ ਅਗਰ ਬੰਦ ਹੋ ਜਾਣਗੇ ਪੰਜਾਬ ਦੇ ਵਿੱਚ ਅਸੀਂ ਜਿੰਨੀ ਇੱਕ ਅਖਬਾਰ ਵਿੱਚ ਕਿਸੇ ਨੇ ਕਿਹਾ ਸੀ ਕਿ ਤੁਸੀਂ ਸੈਂਟਰਲ ਉਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦ ਰਹੋ ਕਿੰਨਾ ਅਸੀਂ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ ਔਰ ਕਿੱਥੋਂ ਪੈਸੇ ਆਉਣਗੇ ਉਹ ਗ੍ਰਿਡ ਤੋਂ ਲੈਣ ਵਾਸਤੇ